ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਨੌਰਥ ਅਮਰੀਕਾ ਤੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਦੁਨੀਆ ਭਰ ਦੇ ਵਿੱਚੋਂ ਫੇਸਬੁੱਕ ਰਾਹੀਂ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਓਵਰਆਲ ਜਦੋਂ ਅਸੀਂ ਦੇਖਦੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਦੇ ਵਿੱਚ ਖਾਲਸਾ ਸਾਜਣਾ ਦਿਵਸ ਨੂੰ ਲੈ ਕੇ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ ਉਹਦੀ ਮਿਸਾਲ ਥਾਂ ਥਾਂ 'ਤੇ ਸਾਨੂੰ ਦੇਖਣ ਨੂੰ ਮਿਲੀ ਹੈ। ਕਈ ਸੂਬਿਆਂ ਦੇ ਵਿੱਚ ਰੈਜ਼ੋਲਿਊਸ਼ਨਸ ਹੋਏ ਨੇ, ਕਈ ਥਾਵਾਂ 'ਤੇ ਜਿਹੜੀਆਂ ਵਿਸਾਖੀ ਦੀਆਂ ਖਾਲਸਾ ਸਾਜਣਾ ਦਿਵਸ ਦੀਆਂ ਸੈਲੀਬ੍ਰੇਸ਼ਨਸ ਨੇ ਉਹ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਮਨਾਈਆਂ ਗਈਆਂ ਨੇ। ਕੈਨੇਡਾ ਦੀ ਜਿਹੜੀ ਪਾਰਲੀਮੈਂਟ ਹੈਗੀ ਹੈ ਓਟਵਾ ਦੇ ਵਿੱਚ, ਉਹਦੇ ਬਾਹਰ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਖਾਲਸਾਈ ਨਿਸ਼ਾਨ ਲਹਿਰਾਇਆ ਗਿਆ। ਇਹ ਦੂਜਾ ਸਾਲ ਸੀ ਜਦੋਂ ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਖਾਲਸਾਈ ਨਿਸ਼ਾਨ ਕੇਸਰੀ ਪਰਚਮ ਲਹਿਰਾਇਆ ਗਿਆ। ਇਹਦੀ ਇੱਕ ਆਪਣੀ ਅਹਿਮੀਅਤ ਹੈ। ਇਸ ਇਸ਼ੂ ਨੂੰ ਜਦੋਂ ਅਸੀਂ ਅੱਜ ਵਿਚਾਰ ਚਰਚਾ ਦੇ ਅਧੀਨ ਲਿਆਵਾਂਗੇ, ਉੱਥੇ ਹੀ ਜਿਹੜੇ ਹੋਰ ਇਸ਼ੂਜ਼ ਹੈਗੇ ਨੇ ਖਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਦੇ ਹਵਾਲੇ ਦੇ ਨਾਲ, ਪਿਛਲੇ ਸਾਰੇ ਮਹੀਨਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਗਤੀਵਿਧੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾ ਕਰਨ ਦੀ ਅਸੀਂ ਅੱਜ ਕੋਸ਼ਿਸ਼ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਜਿਹੜੇ ਆਗੂ ਨੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ, ਉਹ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੰਸਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜਾ ਤੁਹਾਨੂੰ ਮੁਬਾਰਕਬਾਦ ਵੀ ਦੇਣਾ ਚਾਹੂੰਗਾ, ਜਿਹੜੀ ਦੂਜੇ ਸਾਲ ਇਹ ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਕੇਸਰੀ ਪਰਚਮ ਖਾਲਸਾਈ ਨਿਸ਼ਾਨ ਝੁਲਾਇਆ ਗਿਆ, ਤੁਸੀਂ ਉਹਦੇ ਵਿੱਚ ਇੱਕ ਲੀਡਿੰਗ ਰੋਲ ਵੀ ਅਦਾ ਕੀਤਾ, ਸੋ ਕੀ ਕਹਿਣਾ ਚਾਹੋਗੇ ਇਸ ਬਾਰੇ, ਇਹਦੀ ਅਹਿਮੀਅਤ ਬਾਰੇ, ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀਆਂ ਖਾਸ ਤੌਰ 'ਤੇ ਇੱਥੋਂ ਦੇ ਸਿਸਟਮ ਦੇ ਵਿੱਚ ਸਿਆਸੀ ਗਤੀਵਿਧੀਆਂ ਦੇ ਵਿੱਚ ਜਿਹੜੀ ਸ਼ਮੂਲੀਅਤ ਦੀ ਗੱਲ ਕਰਦੇ ਹਾਂ? ਬਿਲਕੁਲ ਜੀ, 1897 ਦੇ ਵਿੱਚ ਅਮਰਵੀਰ ਸਿੰਘ ਜੀ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾ ਸਿੱਖ ਆਇਆ ਸੀ ਜਦੋਂ ਉਹਨਾਂ ਨੇ ਕੈਨੇਡਾ ਦੀ ਸਰਜਮੀ ਤੇ ਕਦਮ ਰੱਖੇ ਸੀ ਤੇ ਆਲਮੋਸਟ ਸਵਾ ਸਦੀ ਹੋ ਗਈ ਹੈ ਤੇ ਸਵਾ ਸਦੀ ਤੋਂ ਬਾਅਦ ਇਹ ਹੁਣ ਇਹ ਕੁਦਰਤੀ ਗੱਲ ਸੀ ਕਿ ਜਿਹੜਾ ਸਿੱਖਾਂ ਪ੍ਰਤੀ ਮੇਨ ਸਟ੍ਰੀਮ ਕੈਨੇਡੀਅਨਸ ਆ ਜਿਹੜੇ ਉਹਨਾਂ ਦਾ ਜਿਹੜਾ ਰੁਝਾਨ ਹੋਣਾ ਹੀ ਹੋਣਾ ਸੀ। ਸਾਨੂੰ ਇਹ ਮੌਕਾ ਮਿਲਣਾ ਹੀ ਮਿਲਣਾ ਸੀ ਕਿ ਜਦੋਂ ਅਸੀਂ ਆਪਣੇ ਅਤੀਤ ਨੂੰ ਇੰਨਾ ਤੱਕ ਪਹੁੰਚਾ ਸਕੀਏ, ਕਿਉਂਕਿ ਸਾਡਾ ਜਿਹੜਾ ਵਿਰਸਾ ਹੈ ਉਹ ਬੜਾ ਅਮੀਰ ਹੈ, ਪਰ ਅਨਫੋਰਚੁਨੇਟਲੀ ਅਸੀਂ ਆਪਣੇ ਵਿਰਸੇ ਨੂੰ ਹੁਣ ਤੱਕ ਇਹਨਾਂ ਤੱਕ ਭਾਵੇਂ ਕਿ ਗਾਏ ਗਾਹੇ ਦੱਸਦੇ ਵੀ ਰਹੇ ਹਾਂ, ਪਰ ਨੌਰਥ ਅਮਰੀਕਾ ਦਾ ਇੱਕ ਸੱਭਿਆਚਾਰ ਜਿਹਾ ਹੈਗਾ ਕਿ ਇੱਥੇ ਮਦਰਸ ਡੇ ਵੀ ਘੋਸ਼ਿਤ ਕੀਤਾ ਹੋਇਆ, ਫਾਦਰਸ ਡੇ ਵੀ ਘੋਸ਼ਿਤ ਕੀਤਾ ਹੋਇਆ, ਇਸੇ ਤਰ੍ਹਾਂ ਵੱਖ ਵੱਖ ਕਮਿਊਨਿਟੀਜ਼ ਨੂੰ ਸਮਰਪਿਤ ਦਿਨ ਇੱਥੇ ਮਨਾਏ ਜਾਂਦੇ ਨੇ, ਖਾਸ ਕਰਕੇ ਬਲੈਕ ਹਿਸਟਰੀ ਮੰਥ ਜਿਹੜਾ ਕਿ ਬੇਹੱਦ ਪਾਪੂਲਰ ਆ, ਕਿਉਂਕਿ ਉਹਨਾਂ ਦਾ ਉਹਨਾਂ ਦੀ ਸਿਵਲ ਰਾਈਟਸ ਮੂਵਮੈਂਟ ਆ ਜਿਹੜੀ ਉਹਦਾ ਬੜਾ ਰਿਚ ਇਤਿਹਾਸ ਹੈਗਾ ਜਿਹੜਾ ਉਹਨਾਂ ਨੂੰ ਮੌਕਾ ਦਿੰਦਾ ਬਲੈਕ ਕਮਿਊਨਿਟੀਜ਼ ਨੂੰ ਕਿ ਉਹਦੀ ਚਰਚਾ ਕਰ ਸਕਣ। ਇਸੇ ਤਰ੍ਹਾਂ 2013 ਦੇ ਵਿੱਚ ਸਾਨੂੰ ਇਹ ਮੌਕਾ ਮਿਲਿਆ ਕਿ ਸਿੱਖ ਹੈਰੀਟੇਜ ਮੰਥ ਓਨਟੈਰੀਓ ਦੀ ਲੈਜਿਸਲੇਚਰ ਦੇ ਵਿੱਚ ਜਗਮੀਤ ਸਿੰਘ ਦੇ ਉਦਮ ਦੇ ਨਾਲ ਪੇਸ਼ ਹੋਇਆ ਤੇ ਤਿੰਨਾਂ ਪੋਲੀਟੀਕਲ ਪਾਰਟੀਆਂ ਨੇ ਜੀ ਅਮਰਵੀਰ ਸਿੰਘ ਜੀ ਉਹਨਾਂ ਨੂੰ ਯੂਨੈਨਮਸਲੀ ਐਕਸੈਪਟ ਕੀਤਾ। ਸੋ ਕ੍ਰੈਡਿਟ ਗੋਸ ਟੂ, ਭਾਵੇਂ ਕਿ ਜਗਮੀਤ ਸਿੰਘ ਨੂੰ ਤਾਂ ਕ੍ਰੈਡਿਟ ਜਾਂਦਾ ਹੀ ਜਾਂਦਾ ਹੈ ਕਿਉਂਕਿ ਉਹਨਾਂ ਨੇ ਇਹ ਜਿਹੜਾ ਰੈਜ਼ੋਲੂਸ਼ਨ ਲੈ ਕੇ ਆਉਂਦਾ ਸੀ, ਪਰ ਦੂਸਰੀਆਂ ਪੋਲੀਟੀਕਲ ਪਾਰਟੀਆਂ ਵੀ ਲਿਬਰਲਸ ਹੋਣ ਜਾਂ ਫਿਰ ਪ੍ਰੋਗਰੈਸਿਵ ਕੰਜ਼ਰਵੇਟਿਵ ਹੋਣ, ਉਹਨਾਂ ਨੂੰ ਵੀ ਇਹਦਾ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਵੀ ਇਹਨੂੰ ਯੂਨੈਨਮਸਲੀ ਐਕਸੈਪਟ ਕੀਤਾ। ਸੋ 2013 ਤੋਂ ਬਾਅਦ ਫਿਰ 2-3 ਸਾਲ ਤਾਂ ਸਾਨੂੰ ਇਹਦੇ ਮਾਣੇ ਵੀ ਨਹੀਂ ਪਤਾ ਲੱਗ ਸਕੇ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਯੂਟੀਲਾਈਜ਼ ਕਰ ਸਕਦੇ ਹਾਂ ਹੁਣ ਇਸ ਅਪਰਚੂਨਿਟੀ ਨੂੰ, ਪਰ ਫਿਰ 2016 ਦੇ ਵਿੱਚ ਫਲੈਗ ਰੇਜ਼ਿੰਗਸ ਸ਼ੁਰੂ ਹੋਈਆਂ। ਫਲੈਗ ਰੇਜ਼ਿੰਗਸ ਦਾ ਮਤਲਬ ਇਹੀ ਆ ਕਿ ਮੇਨ ਸਟ੍ਰੀਮ ਕਮਿਊਨਿਟੀਜ਼ ਆ ਜਿਹੜੀਆਂ ਉਹ ਜਦੋਂ ਸਰਕਾਰੀ ਇਮਾਰਤਾਂ ਦੇ ਉੱਤੇ ਫਿਰ ਕੈਨੇਡਾ ਦੇ ਝੰਡੇ ਦੇ ਨਾਲ ਕੋਈ ਹੋਰ ਝੰਡਾ ਝੂਲਦਾ ਵੇਖਦੀਆਂ ਨੇ ਤੇ ਉਹਨਾਂ ਦਾ ਧਿਆਨ ਖਿੱਚਿਆ ਜਾਂਦਾ। ਸੋ ਅਸੀਂ ਇਹ ਫਲੈਗ ਰੇਜ਼ਿੰਗ ਸ਼ੁਰੂ ਕੀਤੀਆਂ 2016 ਦੇ ਵਿੱਚ ਤੇ ਓਨਟੈਰੀਓ ਦੇ ਵਿੱਚ ਤਾਂ ਵੱਡੇ ਵੱਡੇ ਸ਼ਹਿਰਾਂ ਚ 2016 ਚ ਹੋ ਹੀ ਗਈਆਂ ਸੀ ਤੇ 2017 ਚ ਅਸੀਂ ਇਹ ਸੋਚਿਆ ਕਿ ਇਹਨੂੰ ਫੈਡਰਲ ਲੈਵਲ ਤੇ ਵੀ ਅਗਰ ਲਿਜਾਂਦਾ ਜਾ ਸਕੇ। ਸੋ ਅਸੀਂ ਫਿਰ ਕੈਨੇਡੀਅਨ ਪਾਰਲੀਮੈਂਟ ਦੇ ਉੱਤੇ ਪਿਛਲੇ ਸਾਲ
ਝੰਡਾ ਚਲਾਇਆ। ਇਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਸੁਨਹਿਰੀ ਪਲ ਸੀਗੀ ਉਹ, ਜਦੋਂ ਕੈਨੇਡਾ ਦੀ ਉਸ ਇਮਾਰਤ ਦੇ ਸਾਹਮਣੇ ਐਡਾ ਵੱਡਾ ਜੋ ਲੋਕਤੰਤਰਤਾ ਦਾ ਮੰਦਿਰ ਆ ਉਹਦੇ ਸਾਹਮਣੇ ਜਦੋਂ ਫਿਰ ਸਾਡਾ ਕੇਸਰੀ ਪਰਚਮ ਝੂਲਦਾ ਲੋਕਾਂ ਨੇ ਵੇਖਿਆ ਤਾਂ ਉਹ ਮੂਵਮੈਂਟ ਆ ਜਿਹੜੀ ਉਹ ਬੜੀ ਇਮੋਸ਼ਨਲ ਜੀ ਸੀਗੀ। ਤੇ ਉਸੇ ਤਰ੍ਹਾਂ ਹੀ ਫਿਰ ਕੱਲ ਦੂਸਰੇ ਸਾਲ ਅਸੀਂ ਉੱਥੇ ਹੀ ਜਾ ਕੇ ਫਿਰ ਇਸ ਕਾਰਜ ਨੂੰ ਅੰਜਾਮ ਦਿੱਤਾ। ਤੇ ਮੇਰੇ ਲਈ ਬਿਆਨਣਾ ਵੀ ਮੁਸ਼ਕਲ ਆ ਰਵੀਰ ਸਿੰਘ ਜੀ ਕਿ ਕਿਸ ਤਰ੍ਹਾਂ ਅਸੀਂ ਉੱਥੇ ਮਹਿਸੂਸ ਕਰ ਰਹੇ ਸੀ, ਖਾਸ ਕਰਕੇ ਉਹ ਮੂਮੈਂਟ ਜਦੋਂ ਝੰਡਾ ਚਲਾਇਆ ਜਾ ਰਿਹਾ ਸੀ ਜੀ, ਸੋਨੇਹਾਲ ਦੇ ਜਕਾਰੇ ਛੱਡ ਰਹੀਆਂ ਸਨ। ਇਟ ਵਾਜ਼ ਅਮੇਜ਼ਿੰਗ ਫੀਲਿੰਗ। ਉਹਦੇ ਨਾਲ ਸਾਰੇ ਸਮੁੱਚੇ ਕੈਨੇਡਾ ਦਾ ਵੀ ਸਿਰ ਉੱਚਾ ਹੁੰਦਾ ਹੈ, ਕੈਨੇਡੀਅਨ ਸਿੱਖ ਕਮਿਊਨਿਟੀ ਦਾ ਵੀ ਸਿਰ ਉੱਚਾ ਹੁੰਦਾ ਹੈ। ਤੇ ਜਿਹੜੇ ਫਿਰ ਸਾਡੇ ਭੈਣ ਭਰਾ ਸੰਗਤ ਉੱਥੇ ਪਹੁੰਚੀ ਸੀ, ਜਿਹੜੀ ਕਿ ਮੌਂਟਰੀਅਲ ਤੋਂ ਲਸਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੰਤੋਖ ਸਿੰਘ ਖੇਲਾ ਤੇ ਉਹਨਾਂ ਦੇ ਨਾਲ ਸਰਦਾਰ ਪਰਮਿੰਦਰ ਸਿੰਘ ਪਾਂਗਲੀ, ਮਨਵੀਰ ਸਿੰਘ ਹੋਰੀ ਉਹ ਪਹੁੰਚੇ ਹੋਏ ਸੀ। ਤੇ ਇਸੇ ਤਰ੍ਹਾਂ ਹੀ ਓਟਵਾ ਸਾਡੀ ਕੈਨੇਡਾ ਦੀ ਰਾਜਧਾਨੀ ਆ ਤੇ ਕੈਨੇਡਾ ਦੀ ਰਾਜਧਾਨੀ ਹੋਣ ਦੇ ਨਾਤੇ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਆ ਉਹ ਇੱਕ ਖਾਸ ਸਥਾਨ ਰੱਖਦਾ ਸਾਡੇ ਲਈ। ਉਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸਾਰੇ ਪ੍ਰਬੰਧਕ ਸਰਦਾਰ ਇੰਦਰਜੀਤ ਸਿੰਘ ਸਹਿਮੀ ਅਤੇ ਚਲਵੰਤ ਸਿੰਘ ਹੋਰੀ ਸਾਰੇ ਪ੍ਰਬੰਧਕ ਉੱਥੇ ਪਹੁੰਚੇ ਹੋਏ ਸਨ, ਜਿਹਨਾਂ ਨੇ ਸਾਨੂੰ ਹੱਲਾਸ਼ੇਰੀ ਵੀ ਦਿੱਤੀ ਤੇ ਸਾਡਾ ਪੂਰਾ ਸਹਿਯੋਗ ਵੀ ਦਿੱਤਾ। ਤੇ ਆਫਕੋਰਸ ਟੋਰਾਂਟੋ ਤੋਂ ਤਾਂ ਕਿਉਂਕਿ ਅਸੀਂ ਐਜ਼ ਏ ਮੇਨ ਆਰਗੇਨਾਈਜ਼ਰ ਅਸੀਂ ਸਾਰੇ ਉੱਥੇ ਐਕਸਪਰਟਸ ਲੈ ਕੇ ਗਏ ਹੋਏ ਸੀਗੇ ਤੇ ਕੁਛ ਸਾਡਾ ਯੂਥ ਆ ਜਿਹੜਾ ਉਹ ਕਾਰਾਂ ਦੇ ਵਿੱਚ ਉੱਥੇ ਪਹੁੰਚਿਆ ਹੋਇਆ ਸੀ। ਸੋ ਇਸ ਤਰ੍ਹਾਂ ਦਾ ਮਾਹੌਲ ਸੀਗਾ ਉੱਥੇ। ਤੇ ਮੈਂ ਸਮਝਦਾ ਕਿ ਸਾਡੇ ਵਾਸਤੇ ਇਹ 2 ਸਾਲ ਦੀ ਸ਼ੁਰੂਆਤ ਹੀ ਆ। ਆਉਣ ਵਾਲੇ ਸਾਲ ਦੇ ਵਿੱਚ 400 ਮਿਊਨਿਸਪੈਲਿਟੀ ਤਾਂ ਓਨਟਾਰੀਓ ਚ ਪੈਂਦੀ ਆ ਤੇ ਬਾਕੀ ਵੀ ਤੁਸੀਂ ਵੇਖੋਗੇ ਕਿ ਅਪ੍ਰੈਲ ਦੇ ਮਹੀਨੇ 400 ਚ ਕੇਸਰੀ ਨਿਸ਼ਾਨ ਤਾਂ ਓਨਟਾਰੀਓ ਦੇ ਵਿੱਚ ਹੀ ਝੂਲਿਆ ਕਰੇਗਾ। ਬਿਸਾਈਡ ਸਾਡੇ ਗੁਰਦੁਆਰਾ ਸਾਹਿਬਾਨਾਂ ਤੇ ਤਾਂ ਕੇਸਰੀ ਨੀ ਸਾਡੇ ਨਿਸ਼ਾਨ ਸਾਹਿਬ ਝੂਲਦੇ ਹੀ ਆ, ਪਰ ਇਹ ਜਿਹੜਾ ਕੌਮੀ ਝੰਡਾ ਇਹ ਵੀ 300-400 ਆਉਣ ਵਾਲੇ ਸਾਲਾਂ ਦੇ ਵਿੱਚ ਝੂਲਦਾ ਨਜ਼ਰ ਆਏਗਾ। ਉਹਦੇ ਨਾਲ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਆ ਜਾਂ ਜੋ ਗੁਰੂ ਸਾਹਿਬਾਨਾਂ ਦਾ ਸਾਨੂੰ ਦਿੱਤਾ ਹੋਇਆ ਵਿਰਸਾ ਹੈ ਉਹਦੀ ਫਿਰ ਚਰਚਾ ਕੁਦਰਤੀ ਹੈ ਕਿ ਕੈਨੇਡਾ ਵਿੱਚ ਨੈਸ਼ਨਲ ਲੈਵਲ ਤੇ ਹੋਇਆ ਕਰੇਗੀ ਜੀ। ਹੰਸਰਾ ਸਾਹਿਬ, ਜਦੋਂ ਅਸੀਂ ਕੈਨੇਡਾ ਦੀ ਜਿਵੇਂ ਤੁਸੀਂ ਇਤਿਹਾਸ ਦਾ ਵੀ ਤੁਸੀਂ ਨਾਲ ਨਾਲ ਜ਼ਿਕਰ ਕੀਤਾ, ਪਰ ਜੇ ਹੁਣ ਅਸੀਂ ਰੀਸੈਂਟ ਐਕਟੀਵਿਟੀਜ਼ ਨੇ ਉਹਦੇ ਵੱਲ ਨਜ਼ਰ ਮਾਰਨੀ ਹੋਵੇ, ਖਾਸ ਤੌਰ 'ਤੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੀਸੈਂਟਲੀ ਆਪਣੀ ਭਾਰਤ ਫੇਰੀ 'ਤੇ ਗਏ ਨੇ, ਤਾਂ ਉਦੋਂ ਜਿਹੜੀ ਨੈਗੇਟਿਵਿਟੀ ਹੋਈ ਹੈ, ਸਾਰਾ ਜਸਪਾਲ ਅਟਵਾਲ ਦਾ ਇਸ਼ੂ ਲੈ ਕੇ ਆਉਂਦਾ ਹੋਵੇ ਜਾਂ ਅਦਰਵਾਈਜ਼ ਜਿਹਨੂੰ ਮੀਡੀਆ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕੋਲਡ ਸ਼ੋਲਡਰ ਦੇਣਾ ਕਿਹਾ ਗਿਆ ਜਾਂ ਹੋਰ ਕਈ ਜਿਹੜੇ ਲਕਬ ਨੇ ਉਹ ਜਿਹੜੇ ਨੇ ਉਹ ਵਰਤੇ ਗਏ, ਸੋ ਇਹ ਸਾਰੇ ਬੈਕਗਰਾਊਂਡ ਦੇ ਵਿੱਚ ਜਿਹੜਾ ਇਸ ਸਾਲ ਦਾ ਖਾਲਸਾ ਸਾਜਣਾ ਦਿਵਸ ਖਾਸ ਤੌਰ 'ਤੇ ਕੈਨੇਡਾ ਦੀ ਧਰਤੀ 'ਤੇ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ, ਉਹਦੇ ਵਿੱਚ ਇੱਥੋਂ ਦੀਆਂ ਜਿਹੜੀਆਂ ਪਾਰਟੀਆਂ ਤੁਸੀਂ ਗੱਲ ਕੀਤੀ ਹੈ, ਕੰਜ਼ਰਵੇਟਿਵਸ ਹੋਣ, ਲਿਬਰਲਸ ਹੋਣ ਜਾਂ NDP ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈਗੀ ਹੈ ਉਹਦੇ ਵਿੱਚ ਕੋਈ ਫਰਕ ਨਜ਼ਰ ਆਇਆ ਤੁਹਾਨੂੰ, ਜਾਂ ਓਵਰਆਲ ਇਹ ਸਾਰੇ ਬੈਕਗਰਾਊਂਡ ਦੀ ਜਸਟਿਨ ਟਰੂਡੋ ਦੀ ਟ੍ਰਿਪ ਤੋਂ ਬਾਅਦ ਕਿਵੇਂ ਤੁਸੀਂ ਜਿਹੜਾ ਪੋਲੀਟੀਕਲ ਸਿਨੈਰੀਓ ਹੈਗਾ ਉਹਦੇ ਵਿੱਚ ਕੋਈ ਬਦਲਾਅ ਦੇਖਿਆ? ਦੇਖੋ, ਇਹ ਗੱਲ ਤਾਂ ਹੈਗੀ ਆ ਕਿ ਜਦੋਂ ਵੀ ਕੋਈ ਪ੍ਰੋਬਲਮ ਖੜੀ ਕੀਤੀ ਹੁੰਦੀ ਹੈ, ਚਾਹੇ ਉਹ ਮੈਨ ਮੇਡ ਪ੍ਰੋਬਲਮ ਹੀ ਹੋਵੇ, ਇੱਕ ਖਾਸ ਯੋਜਨਾਬੱਧ ਢੰਗ ਦੇ ਨਾਲ ਜਸਟਿਨ ਟਰੂਡੋ ਦੇ ਭਾਰਤ ਦੇ ਟ੍ਰਿਪ ਨੂੰ ਡੀਸਟੇਬਲਾਈਜ਼ ਕੀਤਾ ਗਿਆ ਸੀ, ਤੇ ਕਿਉਂਕਿ ਉਹਨੂੰ ਡੀਸਟੇਬਲਾਈਜ਼ ਕਰਨ ਦੀ ਜਿਹੜੀ ਖ਼ਬਰ ਆ ਉਹ ਵੀ ਬਾਹਰ ਆ ਗਈ ਸੀ, ਤੇ ਆਈ ਵੀ ਇਕੱਲੇ ਰਿਲਾਇਬਲ ਸੋਰਸ ਤੋਂ ਨਹੀਂ ਬਲਕਿ ਕੈਨੇਡਾ ਦੀ ਜਿਹੜਾ ਜ਼ਿੰਮੇਵਾਰ ਵਿਅਕਤੀ ਹੈ ਜਿਹੜਾ ਪ੍ਰਧਾਨ ਮੰਤਰੀ ਦਾ ਕਹਿ ਲਓ ਕਿ ਸਿਕਿਉਰਿਟੀ ਐਡਵਾਈਜ਼ਰ ਆ, ਉਹਦੇ ਵੱਲੋਂ ਇਹ ਗੱਲ ਦਾ ਇਨਕਸ਼ਾਫ ਕਰਨਾ। ਤੇ ਹੁਣ ਦੂਸਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਕਹਿੰਦੀਆਂ ਸੀ ਕਿ ਇਹ ਸੱਚ ਆ ਤੇ ਝੂਠ ਆ, ਉਹ ਵੀ ਜਦੋਂ ਪਾਰਲੀਮੈਂਟੇਰੀਅਨ ਕਮੇਟੀ ਦੇ ਸਾਹਮਣੇ ਆ ਕੇ ਉਹਨੇ ਸਾਰੀ ਗੱਲ ਦੱਸ ਦਿੱਤੀ, ਤਾਂ ਫਿਰ ਸਾਰਿਆਂ ਨੂੰ ਇਸ ਚੀਜ਼ ਦਾ ਇਲਮ ਹੋ ਗਿਆ ਨਾ ਕਿ ਇਹ ਜਿਹੜੀ ਭਾਰਤ ਸਰਕਾਰ ਦੀ ਖੁਫੀਆ ਏਜੰਸੀ ਆ ਉਹ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਵਰਕ ਕਰ ਰਹੀ ਆ। ਤੇ ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਉਸ ਤੋਂ ਬਾਅਦ ਫਿਰ ਸਾਡੀ ਐਕਸਟਰਨਲ ਅਫੇਅਰਸ ਮਿਨਿਸਟਰ ਆਨਰੇਬਲ ਕ੍ਰਿਸਟੀ ਅਫਰੀਲੈਂਡ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਭਾਰਤ ਦੇ ਜਿਹੜੇ ਏਜੰਟਸ ਨੇ ਜਿਹੜੇ ਕੈਨੇਡਾ ਦੇ ਵਿੱਚ ਸਰਗਰਮ ਨੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਕੈਨੇਡਾ ਦੀਆਂ ਅੰਦਰੂਨੀ ਮਾਮਲਿਆਂ ਦੇ ਵਿੱਚ
ਉੱਕਾ ਹੀ ਜਿਹੜਾ ਦਖਲ ਅੰਦਾਜ਼ੀ ਦੇਣ ਦਾ ਅਧਿਕਾਰ ਨਹੀਂ ਹੈ ਜਿਹੜਾ ਕਿ ਉਹਨਾਂ ਨੇ ਦਿੱਤਾ ਸੀ, ਭਾਵੇਂ ਕਿ ਸਿਰਫ ਮੈਂਸ਼ਨ ਉੱਥੇ ਪਵੀਲੀਅਨ ਹੀ ਕੀਤਾ ਗਿਆ ਸੀ ਬ੍ਰਹਮਕੁੰਡ ਦਾ ਜੀ ਕਲਚਰਲ ਫੈਸਟੀਵਲ, ਪਰ ਬੈਕਡ੍ਰੌਪ ਦੇ ਉੱਤੇ ਜਿਹੜਾ ਉਹਨਾਂ ਦੀਆਂ ਖੁਫੀਆ ਆਪਰੇਟਿਵਸ ਨੇ ਉਹਨਾਂ ਦੇ ਉੱਤੇ ਵੀ ਹੁਣ